ਲੋਕਾਂ ਨੇ ਬਾਦਲ ਮੋਦੀ ਕੇਜਰੀਵਾਲ ਸਾਰਿਆਂ ਨੂੰ ਦੇਖ ਲਿਆ ਹੈ। ਬੀਬੀ ਭੱਠਲ ਆਪ ਦੇ ਬਾਕੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਸੰਬੰਧੀ ਬੋਲਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਯੋਜਨਾ ਬੋਰਡ ਪੰਜਾਬ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ, ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਸਾਰਿਆਂ ਨੂੰ ਦੇਖ ਲਿਆ ਹੈ, ਜੋ ਕਿ ਹੁਣ ਵਾਪਸ ਕਾਂਗਰਸ ਵੱਲ ਨੂੰ ਆ ਗਏ ਹਨ, ਕਿਉਂਕਿ ਕਾਂਗਰਸ ਹੀ ਸਭ ਤੋਂ ਪੁਰਾਣੀ ਪਾਰਟੀ ਹੈ। ਉਹ ਲਹਿਰਾ ਗਾਗਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ। ਦੇਖੋ, ਜਿਹੜੀ ਗੱਲ ਕਾਂਗਰਸ ਨੇ ਸ਼ੁਰੂ 'ਚ ਕਹਿੰਦੀ ਸੀ ਵੀ ਸਿਰਫ ਇੱਥੇ ਪਾਰਟੀਆਂ ਪੋਲੀਟੀਕਲ ਜਿਹੜੀਆਂ ਹੈਗੀਆਂ ਦੋ ਹੈ, ਲੇਕਿਨ ਵੱਡੀ ਪਾਰਟੀ ਕਾਂਗਰਸ ਹੈ ਨੈਸ਼ਨਲ ਲੈਵਲ ਦੀ। ਅੱਜ ਉਹ ਪ੍ਰੂਵ ਕਰਤਾ ਹਾਲਾਤ ਨੇ ਸਾਰੇ ਨੇ। ਸੁਖਪਾਲ ਖਹਿਰਾ ਦੀ ਜਿਹੜੀ ਆਪ ਪਾਰਟੀ ਸੀ ਉਹ ਕਈ ਟੁਕੜਿਆਂ 'ਚ ਵੱਡੀ ਗਈ ਹੈ, ਅਤੇ ਹੁਣ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਰਦਾ ਕੀ ਨਹੀਂ ਕਰਦਾ, ਹੁਣ ਇਹ ਕੌੜਾ ਅੱਕ ਸੁਖਪਾਲ ਖਹਿਰੇ ਨੂੰ ਚੱਬਣਾ ਪਿਆ। ਥੋੜ੍ਹੀ ਜਿਹੀ ਇਹਨੂੰ ਵੀ ਚਾਹੀਦਾ ਸੀ, ਕਿਉਂਕਿ ਹਮੇਸ਼ਾ ਬਹੁਤ ਕਾਹਲ ਵੀ ਸਿਆਸਤ ਵਿੱਚ ਅਤੇ ਬਹੁਤ ਸਲੋਅ, ਦੋਨੋਂ ਗੱਲਾਂ ਮਾੜੀਆਂ ਹੁੰਦੀਆਂ। ਥੋੜ੍ਹਾ ਮਤਲਬ ਜਿਵੇਂ ਕਹਿੰਦੇ ਨੇ, ਜ਼ਿਆਦਾ ਖਿੱਚੋ ਟੁੱਟ ਜਾਂਦਾ, ਢਿੱਲਾ ਛੱਡੋ ਉਲਝ ਜਾਂਦਾ। ਸੋ ਇਹ ਸੁਖਪਾਲ ਖਹਿਰਾ ਹੋਇਆ, ਸਾਡੇ ਹੋਰ ਵੀ ਕਈ ਇਸ ਤਰ੍ਹਾਂ ਦੇ, ਇਹ ਥੋੜ੍ਹੇ ਜਿਹੇ ਰੈਸ਼ ਚੱਲਦੇ ਨੇ। ਮੁੰਡੇ ਚੰਗੇ ਆ, ਸਿਆਣੇ ਆ, ਪੜ੍ਹੇ ਲਿਖੇ ਆ, ਸਭ ਕੁਛ ਅਸੀਂ ਆਪਣੀ ਪਾਰਟੀ ਸ਼ਾਮਿਲ ਕੀਤੇ ਸੀਗੇ, ਲੇਕਿਨ ਇਹਨਾਂ ਸਾਰਿਆਂ ਨੂੰ ਬੇਬਸ ਕਰਤਾ ਸੀ। ਇਹਦੇ ਬਾਵਜੂਦ ਵੀ ਇਸ 'ਤੇ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਉਹਨਾਂ ਦੇ ਆਪਣੀ ਪਾਰਟੀ ਦਾ ਇੰਟਰਨਲ ਮਾਮਲਾ, ਇਹ ਸਾਹਬ ਰੋਲਦੇ ਫਿਰਦੇ ਆ, ਪਾਰਟੀ ਸਾਰੀ ਡੁੱਬ ਗਈ ਹੈ, ਖਤਮ ਹੋ ਗਈ ਹੈ। ਹੁਣ ਕੋਈ ਇੱਧਰ ਨੂੰ ਜਿਵੇਂ ਉਹ ਚੂਜ਼ੇ ਆ ਨਾ, ਕੁਛ ਬੁਰਕੀ ਨਿਕਲ ਜੂ, ਇੱਧਰ ਨੂੰ ਚੱਕੀ ਫਿਰਦਾ, ਕੋਈ ਇੱਧਰ ਚੱਕੀ ਫਿਰਦਾ। ਲੋਕਾਂ ਨੇ ਪਾਰਟੀਆਂ ਦੇਖ ਲਈਆਂ ਬਹੁਤ, ਲੋਕ ਹੁਣ ਨਵੀਆਂ ਪੁਰਾਣੀਆਂ ਪਾਰਟੀਆਂ ਤੋਂ ਅੱਕ ਚੁੱਕੇ, ਲੋਕ ਮੁੜ ਕੇ ਕਾਂਗਰਸ ਦੇ ਕੋਲ ਲੱਗੇ ਨੇ, ਕਾਂਗਰਸ ਦੇ ਨਾਲ ਆਏ ਨੇਗੇ। ਹਰ ਲੈਵਲ 'ਤੇ ਇੱਥੇ ਹੀ ਫੈਸਲਾ ਕੀਤਾ, ਪੰਜਾਬ 'ਚ ਵੀ ਅਤੇ ਬਾਹਰਲੇ ਸੂਬਿਆਂ ਵਿੱਚ ਵੀ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਕਿ ਮੋਦੀ ਵੀ ਦੇਖ ਲਿਆ, ਬਾਦਲ ਵੀ ਦੇਖ ਲਿਆ, ਕੇਜਰੀਵਾਲ ਵੀ ਦੇਖ ਲਿਆ, ਮੁੜ ਕੇ ਲੋਕ ਸਮਝਦੇ ਆ, ਜਿਵੇਂ ਕਹਿੰਦੇ ਨੇ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ, ਕਾਂਗਰਸ ਪਾਰਟੀ ਹੀ ਵਧੀਆ ਲੋਕਾਂ ਦੀਆਂ ਉਮੀਦਾਂ 'ਤੇ ਪੂਰੀ ਉਤਰਨ ਵਾਲੀ ਹੈ, ਕਾਬਲ ਪਾਰਟੀ ਹੈ। ਇਹ ਨਵੀਆਂ ਪਾਰਟੀਆਂ ਦਾ ਕੋਈ ਇਸ ਲੋਕਾਂ ਦੇ ਹੁਣ ਚਾਹਨਾ ਮੁੱਕ ਗਈ।